ਪਿਓੜੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਅਤੇ ਚੇਅਰਮੈਨ ਗਿਨੀ ਪਾਰਟੀਆਂ ਦੀ ਅਗਵਾਈ ਹੇਠ ਇੱਕ ਮੀਟਿੰਗ ਰੱਖੀ ਗਈ ਜਿਸ 'ਚ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਡਾਕਟਰ ਅਜੇ ਗੁਪਤਾ ਦਾ ਸਵਾਗਤ ਕੀਤਾ ਅਤੇ ਸਿਰਪਾ ਪਾ ਕੇ ਸਨਮਾਨਿਤ ਕੀਤਾ। ਪ੍ਰਧਾਨ ਨਰਿੰਦਰ ਸਿੰਘ ਅਤੇ ਗਿਨੀ ਪਾਰਟੀਆਂ ਨੇ ਮਾਰਕੀਟ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਡਾਕਟਰ ਅਜੇ ਗੁਪਤਾ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏਗਾ। ਇਸ ਮੌਕੇ ਵੱਖ-ਵੱਖ ਐਸੋਸੀਏਸ਼ਨ ਦੇ ਮੈਂਬਰ ਸ਼ੈਂਕੀ ਪਾਟਿਆ, ਵਾਰਡ ਪ੍ਰਧਾਨ ਦੀਪਕ ਚੱਡਾ, ਅਜੇ ਮਹਿਰਾ, ਗੁਰਵਿੰਦਰ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਇਹਨਾਂ ਦੀਆਂ ਕੋਈ ਮੁਸ਼ਕਲਾਂ ਸੀਗੀਆਂ, ਛੋਟੀਆਂ-ਛੋਟੀਆਂ ਮੁਸ਼ਕਲਾਂ ਸੀਗੀਆਂ, ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਬੜਾ ਪੁਰਾਣਾ ਇੱਥੇ ਮਲਬਾ ਇਕੱਠਾ ਹੋਇਆ ਪਿਆ, ਕਿਸੇ ਨੇ ਸਰਵਾਈ ਨਹੀਂ ਕੀਤੀ, ਕੁਛ ਸੜਕ ਜਿਹੜੀ ਆ ਉਹ ਖਰਾਬ ਪਈ ਆ। ਉਹ ਦੋਨਾਂ ਕੰਸਰਨਡ ਡਿਪਾਰਟਮੈਂਟਸ ਨੂੰ ਮੈਂ ਕਹਿ ਦਿੱਤਾ ਇਹ ਦੋਨੋਂ ਕੰਮ ਜਿਹੜੇ ਆ ਸੋਮਵਾਰ ਤੱਕ ਕੰਪਲੀਟ ਹੋ ਜਾਣਗੇ, ਔਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਵੀਰਵਾਰ ਫਿਰ ਤੁਹਾਡੇ ਕੋਲ ਇੱਥੇ ਆ ਕੇ ਇੱਕ ਕੱਪ ਚਾਹ ਵੀ ਪੀਵਾਂਗਾ, ਨਾਲ ਆ ਕੇ ਸਾਰਾ ਦੇਖਾਂਗਾ। ਡਾਕਟਰ ਸਾਹਿਬ ਆਏ ਨੇ, ਅਸੀਂ ਇਹਨਾਂ ਨੂੰ ਆਪਣੇ ਜਿਹੜੇ ਬਾਜ਼ਾਰ ਦੀਆਂ ਸਮੱਸਿਆਵਾਂ ਦੱਸੀਆਂ ਨੇ, ਔਰ ਮੈਨੂੰ ਬੜੀ ਖੁਸ਼ੀ ਹੋਈ ਆ ਉਹਨਾਂ ਨੇ ਇਸ ਕੰਸਰਨ ਜਿਹੜੇ ਇੱਥੋਂ ਦੇ ਡਿਪਾਰਟਮੈਂਟ ਦੇ ਲੋਕ ਆ ਉਹਨਾਂ ਨੂੰ ਬੋਲਿਆ ਵਾ ਕਿ ਮੈਨੂੰ ਸੋਮਵਾਰ ਤੱਕ ਆ ਮਸਲੇ ਹੱਲ ਕਰਕੇ ਦਿਓ। ਮੈਂ ਆਪਣੀ ਐਸੋਸੀਏਸ਼ਨ ਵੱਲੋਂ ਮੇਰੇ ਪ੍ਰਧਾਨ ਸਾਹਿਬ ਨਰਿੰਦਰ ਸਿੰਘ ਜੀ ਔਰ ਗਿਨੀ ਪਾਟੀਆ ਔਰ ਮੇਰੀ ਸਾਰੀ ਸਮੂਹ ਐਸੋਸੀਏਸ਼ਨ ਵੱਲੋਂ ਮੈਂ ਇਹਨਾਂ ਦਾ ਐਡਵਾਂਸ ਧੰਨਵਾਦ ਕਰਦਾ।